ਰਬੀਉਲ ਅਵਲ ਦੇ ਵਿੱਚ ਝੰਡੀਆਂ ਲੱਗਦੀਆਂ ਨਾ ਜੀ, ਲਾਈਟਿੰਗ ਲੱਗਦੀ ਹੈ, ਹਰ ਇਮਾਨ ਵਾਲਾ ਆਪਣੇ ਘਰ ਲਾਈਟਾਂ ਲਾਉਂਦਾ, ਝੰਡੀਆਂ ਲਾਉਂਦਾ, ਖੁਸ਼ੀ ਮਨਾਉਂਦਾ। ਅਤੇ ਇਤਰਾਜ਼ ਹੁੰਦਾ ਜੀ, ਝੰਡੀਆਂ ਇਸਲਾਮ ਦੇ ਅੰਦਰ ਲਿਖਿਆ ਕਿਤਲੇ, ਲਾਈਟਾਂ ਇਸਲਾਮ ਦੇ ਅੰਦਰ ਲਿਖਿਆ ਕਿਤਲੇ? ਸਿਰਫ ਤੁਸੀਂ ਇੱਕ ਮਿੰਟ ਗੌਰ ਕਰਿਓ ਵੀ ਦਰਦ ਕੀ ਹੈ, ਤਕਲੀਫ ਕੀ ਹੈ, ਪਰੇਸ਼ਾਨੀ ਕੀ ਹੈ। ਇਹ 14 ਅਗਸਤ ਹੋਈ ਹੈ, ਥੋੜ੍ਹੇ ਮਹੀਨਾ ਗੁਜ਼ਰਿਆ, 14 ਅਗਸਤ ਗੁਜ਼ਰੀ ਹੈ, ਗੁਜ਼ਰੀ ਹੈ ਕਿ ਨਹੀਂ ਗੁਜ਼ਰੀ? 14 ਅਗਸਤ ਨੂੰ ਪਾਕਿਸਤਾਨ ਦੇ ਝੰਡੇ ਲਾਏ ਗਏ ਨੇ ਕਿ ਨਹੀਂ ਲਾਏ ਗਏ? ਪਾਕਿਸਤਾਨ ਦੇ ਨਾਂ ਦੀਆਂ ਝੰਡੀਆਂ ਲਾਈਆਂ ਗਈਆਂ ਕਿ ਨਾ ਲਾਈਆਂ ਗਈਆਂ? 14 ਅਗਸਤ ਨੂੰ ਇਮਾਰਤਾਂ 'ਤੇ ਲਾਈਟਾਂ ਲਾਈਆਂ ਗਈਆਂ ਕਿ ਨਾ ਲਾਈਆਂ ਗਈਆਂ? ਬੋਲੋ ਦੱਸੋ, ਲਾਈਆਂ ਗਈਆਂ ਕਿ ਨਾ ਗਈਆਂ? ਕਿਉਂ ਜੀ? ਮੁਲਕ ਆਜ਼ਾਦ ਹੋਇਆ ਜੀ, 14 ਅਗਸਤ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ। ਮੈਨੂੰ ਵਿਖਾ ਕੇ ਕਿਸੇ ਇੱਕ ਮੌਲਵੀ ਨੇ ਇਤਰਾਜ਼ ਕੀਤਾ ਹੋਵੇ, ਬੋਲੋ ਹੁਣ, ਕਿਸੇ ਇੱਕ ਮੌਲਵੀ ਨੇ ਇਤਰਾਜ਼ ਕੀਤਾ ਹੋਵੇ ਜੀ, ਇਹ 14 ਅਗਸਤ ਦੇ ਝੰਡੇ ਕਿਉਂ ਲਾਉਂਦੇ ਪਿਓ ਜੀ, ਇਹ ਲਾਈਟਾਂ ਕਿਉਂ ਲਾਉਂਦੇ ਪਿਓ ਜੀ? ਉਹਨਾਂ 'ਤੇ ਲਾਈਆਂ ਖੁਸ਼ੀ ਵਾਸਤੇ ਕਿ ਪਾਕਿਸਤਾਨ ਆਜ਼ਾਦ ਹੋਇਆ, ਮੁਲਕੇ ਪਾਕਿਸਤਾਨ ਬਣਿਆ, ਇਸਲਾਮ ਦੀ ਰਿਆਸਤ ਬਣੀ। ਮੌਲਵੀ ਉੱਥੇ ਕਿਦੋਂ ਕਿੱਥੇ ਟੁਰ ਗਏ, ਮੁਫਤੀ ਉਦੋਂ ਕਿੱਥੇ ਟੁਰ ਗਏ ਕਿ ਜਦੋਂ 14 ਅਗਸਤ ਨੂੰ ਲਾਈਟਾਂ ਲਾਈਆਂ ਗਈਆਂ, 14 ਅਗਸਤ ਨੂੰ ਝੰਡੇ ਲਾਏ ਗਏ, ਤਾਂ ਕੋਈ ਸ਼ਿਰਕ ਨਹੀਂ ਹੋਇਆ, ਕੋਈ ਬਿੱਦਤ ਨਹੀਂ ਹੋਈ, ਕਿਸੇ ਕੋਈ ਤਕਲੀਫ ਨਹੀਂ ਹੋਈ। ਤਕਲੀਫ ਜਦੋਂ ਆਉਂਦੀ ਹੈ 12 ਰਬੀਉਲ ਅਵਲ 'ਚ ਹੀ ਆਉਂਦੀ ਹੈ, ਹੈ ਜਿਉਂ ਹੀ 12 ਰਬੀਉਲ ਅਵਲ ਚੜ੍ਹਨਾ, ਹੈ ਜੀ ਝੰਡੀਆਂ ਲਾਉਂਦੇ ਹੋ, ਇੰਨੇ ਪੈਸੇ ਲਾਉਂਦੇ ਹੋ, ਲਾਈਟਾਂ ਲਾਉਂਦੇ ਹੋ, ਇੰਨੇ ਪੈਸੇ ਲਾਉਂਦੇ ਹੋ। ਮੈਂ ਕਿਹਾ 14 ਅਗਸਤ ਨੂੰ ਤੇਰਾ ਪਿਓ ਮਰ ਗਿਆ ਸੀ, ਬਾਹਰ ਨਿਕਲਣਾ ਸੀ ਆ, ਕਹਿਣਾ ਸੀ ਆ ਤੈਨੂੰ ਅਗਲੇ ਲੰਮਿਆਂ ਪਾਉਂਦੇ ਵੀ ਤੂੰ ਮੁਲਕੇ ਪਾਕਿਸਤਾਨ ਦੇ ਖਿਲਾਫ ਹੈ, ਤੂੰ ਪਾਕਿਸਤਾਨ ਦੇ ਝੰਡੇ ਦੇ ਖਿਲਾਫ ਹੈ। ਬਾਬਾ ਜੀ ਮੈਨੂੰ ਇਮਾਨਦਾਰੀ ਨਾਲ ਦੱਸੋ, ਉਹ ਜਿਹੜਾ ਪਾਕਿਸਤਾਨ ਦੇ ਝੰਡੇ ਦੀ ਬੇਅਦਬੀ ਕਰੇ ਉਹਨੂੰ ਗੱਦਾਰ ਸਮਝਿਆ ਜਾਂਦਾ, ਅਤੇ ਜਿਹੜਾ ਮੁਸਤਫਾ ਕਰੀਮ ਦੇ ਝੰਡੇ ਦੀ ਬੇਅਦਬੀ ਕਰੇ? ਹੈ ਸਾਨੂੰ ਖੁਸ਼ੀ ਹੈ, ਅਸੀਂ ਲਾਉਂਦੇ ਹਾਂ, ਤੁਸੀਂ ਨਹੀਂ ਲਾਉਂਦੇ, ਨਾ ਲਾਓ, ਲੱਖ ਵਾਰੀ ਨਾ ਲਾਓ, ਕਰੋੜਪਤੀ ਨਾ ਲਾਓ, ਲੇਕਿਨ ਇਹ ਨਾ ਆਖੋ ਕਿ ਲਾਈਟਾਂ ਲਾਉਣੀਆਂ ਗੁਨਾਹ ਨੇ, ਝੰਡੀਆਂ ਲਾਉਣੀਆਂ ਗੁਨਾਹ ਨੇ। ਬਣ ਗਏ ਇਸਲਾਮ ਦੇ ਠੇਕੇਦਾਰ, 14 ਅਗਸਤ ਗੁਜ਼ਰੀ ਹੈ, ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਔਰ ਮੈਂ ਐਸੇ ਮੌਲਵੀ ਵੇਖੇ ਨੇ ਜਿਹੜੇ 12 ਰਬੀਉਲ ਅਵਲ ਵਾਲੇ ਦਿਨ ਫਤਵੇ ਲਾਉਂਦੇ ਨਾ ਝੰਡੀਆਂ 'ਤੇ, ਉਹਨਾਂ ਦੇ ਘਰ ਵੀ 14 ਅਗਸਤ ਦਾ ਝੰਡਾ ਲੱਗਾ ਹੋਇਆ ਸੀ, 14 ਅਗਸਤ ਦਾ ਝੰਡਾ ਉਹਨਾਂ ਦੇ ਛੱਤ 'ਤੇ ਵੀ ਲੱਗਾ, ਉਹਨਾਂ ਦੇ ਘਰ ਵੀ ਲੱਗਾ। ਤਕਲੀਫ 12 ਰਬੀਉਲ ਅਵਲ ਦੀ ਹੈ, ਦਰਦ ਹਜ਼ੂਰ ਦੀ ਆਮਦ ਹੈ ਯਾਰ, ਕੁਝ ਤਾਂ ਸੋਚ, ਕੁਝ ਤਾਂ ਸੋਚ। ਜੇ ਪਾਕਿਸਤਾਨ ਆਜ਼ਾਦ ਹੋਵੇ ਤਾਂ ਉਹਦੇ ਨਾਂ ਦੀਆਂ ਝੰਡੀਆਂ ਲਾਉਣਾ ਜਾਇਜ਼ ਹੈ, ਝੰਡੇ ਲਾਉਣਾ ਜਾਇਜ਼ ਹੈ, ਅਤੇ ਜਿਸ ਦਿਨ ਕਮਲੀ ਵਾਲਾ ਆਇਆ ਉਸ ਦਿਨ ਝੰਡੇ ਲਾਉਣਾ ਜਾਇਜ਼ ਨਹੀਂ, ਉਸ ਦਿਨ ਝੰਡੀਆਂ ਲਾਉਣਾ ਜਾਇਜ਼ ਨਹੀਂ, ਨਜਾਇਜ਼ ਹੋ ਗਿਆ ਨਹੀਂ। ਅਲਲ ਐਲਾਨ ਕਹਿ ਰਿਹਾ, ਗੱਜ ਵੱਜ ਕੇ ਮਨਾਓ, ਪੈਸੇ ਲੱਗਣੇ ਨੇ ਸਾਡੇ, ਲੱਗਣੇ ਨੇ ਕਿ ਕਿਸੇ ਦੇ ਲੱਗਣੇ ਨੇ? ਬਾਬਾ ਪੈਸੇ ਸਾਡੇ, ਮਾਲ ਸਾਡਾ, ਖਰਚਾ ਸਾਡਾ, ਲਾਈਟਾਂ ਸਾਡੀਆਂ, ਝੰਡੀਆਂ ਸਾਡੀਆਂ, ਅਤੇ ਤਕਲੀਫ ਕਿਸੇ ਹੋਰ ਨੂੰ, ਦਰਦ ਕਿਸੇ? ਇਹ ਪੁੱਤਰ ਦੀ ਸ਼ਾਦੀ ਹੋਵੇ ਤਾਂ ਲੋਕ ਪੂਰੇ ਪੂਰੇ ਘਰ ਹੀ ਸਜਾ ਛੱਡਦੇ ਨੇ ਲਾਈਟਾਂ ਲਾ ਕੇ, ਕਿਉਂ ਜੀ? ਇਹ ਜੀ ਸਾਡੇ ਬੇਟੇ ਦੀ ਸ਼ਾਦੀ ਹੈ, ਵਿਆਹ ਹੈ, ਨਿਕਾਹ ਹੈ। ਅਤੇ ਮੈਂ ਕਿਹਾ ਮੌਲਵੀ ਜੀ, ਉੱਥੇ ਤਾਂ ਕਦੀ ਨਹੀਂ ਜੀ ਆਖਿਆ ਬਈ ਇਸਲਾਮ ਦੇ ਅੰਦਰ ਨਿਕਾਹ ਵਿੱਚ ਲਾਈਟਾਂ ਲਾਉਣੀਆਂ ਜਾਇਜ਼ ਹੈ? ਸ਼ਰੀਅਤ 'ਚ ਆਇਆ ਵੀ ਨਿਕਾਹ ਹੋਵੇ ਤਾਂ ਲਾਈਟਾਂ ਲਾਓ, ਘਰ ਸਜਾਓ, ਉੱਥੇ ਤਾਂ ਕੋਈ ਗੱਲ ਨਹੀਂ ਕਰਦੇ। ਗੱਲ ਜਦੋਂ ਕਰਨਗੇ ਜਲੂਸ 'ਤੇ, ਗੱਲ ਜਦੋਂ ਕਰਨਗੇ 12 ਰਬੀਉਲ ਅਵਲ 'ਤੇ, ਫਤਵਾ ਜਦੋਂ ਲਾਉਣਗੇ ਹਜ਼ੂਰ ਦੀ ਆਮਦ ਵਾਲੇ ਦੇਣ ਵੀ, ਇਸ ਵਾਸਤੇ ਝੰਡੀਆਂ ਵੀ ਲਾਓ ਅਤੇ ਝੰਡੇ ਵੀ ਲਾਓ। ਅਸਾਂ ਲਾਉਂਦਿਆਂ ਰਹਿਣਾ, ਮੁਣਕਰਾਂ ਨੇ ਸੜਦਿਆਂ ਰਹਿਣਾ, ਅਸਾਂ ਹਜ਼ੂਰ ਦੇ ਆਉਣ ਦੀ ਖੁਸ਼ੀ 'ਚ ਝੰਡੇ ਵੀ ਲਾਉਣੇ ਨੇ ਅਤੇ ਝੰਡੀਆਂ ਵੀ ਲਾਉਣੀਆਂ ਨੇ। ਅਤੇ ਹਲਲ ਐਲਾਨ ਤੁਸੀਂ ਖਰਚ ਕਰੋਗੇ, ਅੱਲਾਹ ਤੁਹਾਨੂੰ ਹੋਰ ਜ਼ਿਆਦਾ ਅਤਾ ਫਰਮਾਏਗਾ। ਔਰ ਅਗਲੀ ਗੱਲ ਸਮਾਪਤ ਫਰਮਾਓ,